ਭਾਰਤ ਦੀਆਂ ਜੇਲ੍ਹਾਂ ਦੇ ਵਿੱਚ 76% ਅਜਿਹੇ ਕੈਦੀ ਆ ਜਿਨ੍ਹਾਂ ਦੇ ਖਿਲਾਫ ਅਜੇ ਤੱਕ ਕੋਈ ਵੀ ਜੁਰਮ ਸਾਬਤ ਨਹੀਂ ਹੋਇਆ। NCRB ਦੇ ਇਹ ਅੰਕੜੇ ਹੈਰਾਨ ਕਰਨ ਵਾਲੇ ਆ। ਇਹ ਦੇਸ਼ ਦੀਆਂ ਨਿਆਂ ਪ੍ਰਣਾਲੀਆਂ ਦੇ ਗੰਭੀਰ ਸਵਾਲ ਖੜੇ ਕਰਦੇ ਆ। ਇਸ ਦੇ ਉਲਟ ਇੰਗਲੈਂਡ ਅਤੇ ਵੈਲਸ ਦੀਆਂ ਜੇਲ੍ਹਾਂ ਦੇ ਵਿੱਚ ਸਿਰਫ 18.7 ਕੈਦੀਆਂ ਦੀ ਸੁਣਵਾਈ ਅਧੀਨ ਆ, ਜੋ ਇਹ ਦਰਸਾਉਂਦਾ ਹੈ ਕਿ ਜ਼ਮਾਨਤ ਪ੍ਰਣਾਲੀ ਅਤੇ ਨਿਆਇਕ ਪ੍ਰਕਿਰਿਆ ਬਹੁਤ ਜ਼ਿਆਦਾ ਮਜ਼ਬੂਤ ਅਤੇ ਤੇਜ਼ ਆ। ਸੁਪਰੀਮ ਕੋਰਟ ਨੇ ਇੱਕ ਵਾਰ ਕਿਹਾ ਹੈ ਕਿ ਜ਼ਮਾਨਤ ਨਿਜ਼ਮ ਅਤੇ ਜੇਲ੍ਹ ਅਪਵਾਦ ਅਸਲੀਅਤ ਇਸ ਦੇ ਉਲਟਾ। ਜ਼ਮੀਨੀ ਪੱਧਰ 'ਤੇ ਖਾਸ ਕਰਕੇ ਹੇਠਲੀਆਂ ਅਦਾਲਤਾਂ ਦੇ ਵਿੱਚ ਜ਼ਮਾਨਤ ਦੇਣ ਦੇ ਵਿੱਚ ਝਿਜਕ ਅਤੇ ਦੇਰੀ ਹੁੰਦੀ ਆ। ਜੱਜਾਂ 'ਤੇ ਸਖ਼ਤ ਅਕਸ ਬਣਾਈ ਰੱਖਣ ਦੇ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਇਸ ਲਈ ਜ਼ਮਾਨਤ ਦੇਣ ਤੋਂ ਝਿਜਕਦੇ ਆ, ਖਾਸ ਕਰਕੇ ਸਮਾਜਿਕ ਅਤੇ ਅੰਡਰ ਟ੍ਰਾਇਲ ਸਿਆਸੀ ਦਬਾਅ ਹੈ। ਭਾਰਤ ਦੇ ਵਿੱਚ ਜ਼ਮਾਨਤ ਪ੍ਰਣਾਲੀ ਦੇ ਵਿੱਚ ਇੱਕ ਵੱਡੀ ਨੁਕਸ ਅਕਸਰ ਅਮੀਰ ਅਤੇ ਗਰੀਬ ਦੇ ਵਿਚਕਾਰ ਸਪੱਸ਼ਟ ਪਾੜਾ ਵਜੋਂ ਦੇਖਿਆ ਜਾਂਦਾ ਹੈ। ਇੱਥੇ ਅਮੀਰਾਂ ਨੂੰ ਆਸਾਨੀ ਦੇ ਨਾਲ ਜ਼ਮਾਨਤ ਮਿਲ ਜਾਂਦੀ ਹੈ, ਜਦੋਂ ਕਿ ਗਰੀਬ ਵਰਗ ਨੂੰ ਆਸਾਨੀ ਦੇ ਨਾਲ ਜ਼ਮਾਨਤ ਨਹੀਂ ਮਿਲਦੀ। ਉਹ ਅਪਰਾਧ ਸਾਬਤ ਹੋਏ ਬਿਨਾਂ ਜੇਲ੍ਹ ਕਈ ਸਾਲ ਜੇਲ੍ਹ ਦੇ ਵਿੱਚ ਬੰਦ ਰਹਿੰਦੇ ਆ। ਇੰਗਲੈਂਡ ਅਤੇ ਵੇਲਸ ਦੀਆਂ ਅਦਾਲਤਾਂ ਮੁੱਖ ਤੌਰ 'ਤੇ ਗੈਰ ਹਰਾਸ ਦੇ ਅਪਵਾਦਾਂ ਜਿਵੇਂ ਕਿ ਘਰ ਦੀ ਗ੍ਰਿਫਤਾਰੀ, ਇਲੈਕਟ੍ਰੋਨਿਕ ਟ੍ਰੈਗਿੰਗ ਆਦਿ ਦੇ ਧਿਆਨ ਕੇਂਦਰਿਤ ਆਦਿ ਕਰਦੀਆਂ ਨੇ। ਉਦੋਂ ਤੋਂ ਹੀ ਨਿਆਂ ਪ੍ਰਣਾਲੀ ਦਾ ਮੰਨਣਾ ਹੈ ਕਿ ਕਿਸੇ ਨੂੰ ਵੀ ਉਦੋਂ ਤੱਕ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਜਦੋਂ ਤੱਕ ਉਹ ਸਮਾਜ ਦੇ ਲਈ ਖਤਰਾ ਨਾ ਹੋਵੇ। ਇੰਗਲੈਂਡ ਅਤੇ ਵੇਲਸ ਵਿੱਚ ਕੈਦੀਆਂ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਉਹ ਜ਼ਮਾਨਤ ਦੀ ਰਕਮ ਦਾ ਭੁਗਤਾਨ ਕਰਨ ਦੇ ਵਿੱਚ ਅਸਮਰੱਥ ਆ। ਭਾਰਤ ਦੀਆਂ ਨਿਆਂ ਪ੍ਰਣਾਲੀਆਂ ਨੂੰ ਅੰਗਰੇਜ਼ੀ ਪ੍ਰਣਾਲੀ ਤੋਂ ਸਿੱਖਣ ਦੀ ਬਹੁਤ ਹੀ ਲੋੜ ਆ।